हेलो दोस्तों, मैं अमनदीप सिंह, स्वागत करता ताडा अपने यूट्यूब चैनल दे। दोस्तों आज अं तुम दसांगे विजुअल स्टूडियो सी शार्प दे विच पार्ट 39 फाइनेंशियल ईयर। तो दोस्तों यह सॉफ्टवेयर अं हूबहू बनावांगे। तो पिछली वीडियो का डिस्क्रिप्शन बॉक्स में लिंक दिता है, और जाके सबसक्राइब कर लियो। तो दोस्तों हर वीडियो जरूर देखियो। कर दें स्टार्ट, इतों ही छड़िया सी। इतों किसी फॉर्म नू करांगे कॉपी, तो इस फोल्डर च ही पेस्ट करांगे। दोस्तों जितों कॉपी करनी जिहड़े फोल्डर चों उत्थे ही पेस्ट करना, नहीं तो डबल शो करेगा, एरर देगा। जिन्ना को ये नहीं हुंदा वो न्यू फॉर्म भी लै सकदे आ। फॉर्म फाइनेंशियल ईयर कॉपी करांगे नू। डिजाइनर च पार्शियल क्लास फॉर्म यूजर टाइप है, इतने पेस्ट करता। फिर चलांगे व्यू अकॉर्डिंग च, इतने भी पेस्ट करांगे। तो इत्थे भी इनू पेस्ट कर देंगे। तो इत्थों ही क्रिएट फाइनेंशियल ईयर लेबल का नेम चेंज करांगे, टेक्स्ट सॉरी टेक्स्ट बॉक्स का लेबल सॉरी नेम चेंज किया। इतने आ जाएगा फाइनेंशियल ईयर, ये टेक्स्ट बॉक्स राही करांगे। तो टेक्स्ट बॉक्स नू कन्वर्ट टू डेट किवें करना है ये भी तुहानू दसांगे। तो दोस्तों ये वीडियो नू शेयर वध तो वध करियो। डेटाबेस ते गए, फाइनेंशियल ईयर का टेबल नहीं है, क्रिएट करांगे। फाइनेंशियल ईयर आईडी ऑटो नंबर स्टार्ट डेट डेट टाइम एंड डेट
ਇੱਥੇ ਅਸੀਂ ਟਾਈਟਲ ਵੀ ਲੈ ਸਕਦੇ ਹਾਂ, ਇਗਜ਼ੈਕਟਿਵ ਵੀ ਲੈ ਸਕਦੇ ਹਾਂ। ਡੇਟਾ ਟਾਈਪ ਹੋ ਜਾਏਗਾ ਯੈਸ ਨੋ, ਪਰ ਫਿਲਹਾਲ ਅਜੇ ਉਹਦੀ ਲੋੜ ਨਹੀਂ ਹੈ। ਪਰ ਇਗਜ਼ੈਕਟਿਵ ਯੈਸ ਨੋ ਜਿਹੜਾ ਕਿ SQL ਸਰਵਰ ਦੇ ਵਿੱਚ ਬਿੱਟ ਕਹਿੰਦੇ ਜਿਹਨੂੰ, ਟਰੂ ਫਾਲਸ ਵੀ ਕਰ ਸਕਦੇ ਹਾਂ। ਡਿਫਾਲਟ ਵੈਲਿਊ ਫਾਲਸ, ਯੂਜ਼ਰ ਆਈਡੀ ਕਿ ਕਿਹੜੇ ਯੂਜ਼ਰ ਨੇ ਕੀਤਾ ਹੈ, ਅਤੇ ਥੱਲੇ ਉਹਦਾ ਡੇਟ ਟਾਈਮ ਵੀ ਆ ਜਾਏਗਾ। ਲੇਕਿਨ ਕੋਲਮ ਮੈਂ ਅਜੇ ਵਧਾਇਆ ਨਹੀਂ ਹੈ, ਇਹਦੇ ਵਿੱਚ ਹੋਰ ਵੀ ਕੋਲਮ ਆ ਸਕਦੇ ਆ, ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ। ਅਕਾਊਂਟਿੰਗ ਸੋਫਟਵੇਅਰ ਦੇ ਵਿੱਚ ਟੇਬਲ ਨੇਮ ਦਿੱਤਾ, ਟੇਬਲ ਫਾਈਨੈਂਸ਼ੀਅਲ ਈਅਰਸ, ਰਿਲੇਸ਼ਨਸ਼ਿਪ, ਇਗਜ਼ੈਕਟਿਵ ਨੂੰ ਡਿਲੀਟ ਹੀ ਕਰ ਦਿੰਦੇ ਹਾਂ ਫਿਲਹਾਲ, ਅਜੇ ਇਹਦੀ ਲੋੜ ਨਹੀਂ। ਫੋਕਸ ਕਰਨਾ ਹੈ ਕਿ ਅਸੀਂ ਇੱਕ ਟੈਕਸਟ ਬਾਕਸ ਤੋਂ ਐਂਡ ਵਾਲੀ ਡੇਟ ਕਿਵੇਂ ਪਾਉਣੀ ਹੈ। ਇਹਦੇ ਯੂਜ਼ਰ ਆਈਡੀ ਨੂੰ, ਟੇਬਲ ਯੂਜ਼ਰ ਆਈਡੀ ਦੇ ਯੂਜ਼ਰ ਆਈਡੀ ਨੂੰ ਰਿਲੇਸ਼ਨਸ਼ਿਪ ਵਿੱਚ ਲੈਣਾ, ਕ੍ਰੀਏਟ ਯੂਜ਼ਰ ਆਈਡੀ ਨਾਲ ਯੂਜ਼ਰ ਆਈਡੀ ਹੋ ਗਈ, ਦੋਸਤੋ ਇਹ ਟੇਬਲ ਸਮਝਾਉਣ ਲਈ ਅਜੇ ਕਰ ਰਹੇ ਹਾਂ। ਡੇਟਾਬੇਸ ਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਉਹ ਟੇਬਲ ਆਪਣੇ ਦਿਮਾਗ ਸੇ ਹਮ ਖੁਦ ਵੀ ਅਲੱਗ ਤਰੀਕੇ ਸੇ ਬਣਾ ਸਕਤੇ ਹੈਂ। ਫਿਲਹਾਲ ਹਮ ਆਪਕੋ ਕੋਡਿੰਗ ਬਤਾਏਂਗੇ ਅਭੀ। ਇਨਸਰਟ ਇੰਟੂ ਟੇਬਲ ਫਾਈਨੈਂਸ਼ੀਅਲ ਈਅਰ, ਫਿਰ ਆ ਜਾਏਗਾ ਯੂਜ਼ਰ ਆਈਡੀ, ਕਾਪੀ ਕੀਤਾ, ਇੱਥੇ ਕਰ ਦਾਂਗੇ ਪੇਸਟ। ਸਿਰਫ ਸਟਾਰਟ ਡੇਟ ਹੀ ਅਸੀਂ ਲਵਾਂਗੇ, ਐਂਡ ਡੇਟ ਆਟੋਮੈਟਿਕਲੀ ਖੁਦ ਆਏਗੀ, ਉਹ ਵੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇੱਕ ਹੋਰ ਦੱਸਾਂਗਾ। ਫਿਲਹਾਲ ਅਸੀਂ ਇਸ ਨੂੰ ਕਰਦੇ ਹਾਂ, 0 ਤੋਂ ਬਾਅਦ 1 ਆ ਗਿਆ ਵੈਲਿਊਜ਼। ਪਹਿਲੇ ਯੂਜ਼ਰ ਆਈਡੀ ਹੈ ਕਨਵਰਟ ਡੋਟ ਟੂ, ਥਰਟੀ 2, ਕਰੰਟ ਯੂਜ਼ਰ ਡੋਟ ਡਾਇਰੈਕਟਰੀ ਪਾਥ ਡੋਟ ਯੂਜ਼ਰ ਆਈਡੀ। ਜਦੋਂ ਅਸੀਂ ਇਸਨੂੰ ਕਲਾਸ ਦੇ ਵਿੱਚ ਕਲਾਸ ਫੋਰਮ ਦੇ ਵਿੱਚ ਐਡ ਕੀਤਾ ਸੀ ਯੂਜ਼ਰ ਆਈਡੀ ਨੂੰ, ਕਿ ਜਦੋਂ ਅਸੀਂ ਫੋਰਮ ਖੋਲ੍ਹਾਂਗੇ ਤਾਂ ਹਰ ਟਾਈਮ ਉਹ ਪਿੱਕ ਕਰਕੇ ਰੱਖੇਗਾ ਯੂਜ਼ਰ ਆਈਡੀ ਨੂੰ।
ਅਤੇ ਇੱਥੇ ਅਸੀਂ ਮੈਸੇਜ ਬਾਕਸ ਦਾ ਟੈਕਸਟ ਚੇਂਜ ਕੀਤਾ ਫਾਈਨੈਂਸ਼ੀਅਲ ਈਅਰ ਕ੍ਰੀਏਟਿਡ ਔਰ ਨੋਟ ਸੇਵਡ। Query design, financial year table, user ID, the user type, financial year ID lay, ether relationship, user ID de tinna table naal hage, user type de ode naal hai, to ethe ਸਾਨੂੰ ਯੂਜ਼ਰ ਆਈ ਡੀ ਲੈਣ ਦੀ ਲੋੜ ਨਹੀਂ। ਸਟਾਰਟ ਡੇਟ ਐਂਡ ਡੇਟ ਇੱਥੇ ਯੂਜ਼ਰ ਨੇਮ ਆ ਜਾਏਗਾ ਕਿਹਨੇ ਕ੍ਰੀਏਟ ਕੀਤਾ, ਕਿਉਂਕਿ ਯੂਜ਼ਰ ਆਈ ਡੀ ਅਸੀਂ ਸਿਰਫ ਸੇਵ ਕਰਨੀ ਹੈ ਕੁਐਰੀ 'ਚ, ਜਿਸ ਨੂੰ ਐਸ ਕਿਊ ਐਲ ਦੇ ਵਿੱਚ ਵਿਊ ਕਹਿੰਦੇ ਆ। ਅਤੇ ਦੋਸਤੋ ਇਹ ਕੁਐਰੀ ਡਿਜ਼ਾਇਨ ਕ੍ਰੀਏਟ ਕਰਨ ਦੀ ਵੀ ਲੋੜ ਨਹੀਂ, ਅਸੀਂ ਕੋਡਿੰਗ ਰਾਹੀਂ ਵੀ ਕੁਐਰੀ ਕਰ ਸਕਦੇ ਹਾਂ, ਪਰ ਅਜੇ ਫਿਲਹਾਲ ਸਮਝਾਉਣ ਲਈ, ਕਿਉਂਕਿ ਕਈਆਂ ਨੂੰ ਨਹੀਂ ਸਮਝ ਲੱਗਦੀ। ਇਹੋ ਕੋਡਿੰਗ ਅਸੀਂ ਲਿਖ ਕੇ ਅਤੇ ਕੁਐਰੀ ਡਿਜ਼ਾਇਨ ਨੂੰ ਨੋਟ ਸੇਵਡ ਕਰ ਸਕਦੇ ਹਾਂ। ਜ਼ਰੂਰੀ ਨਹੀਂ ਕਿ ਇਹਨੂੰ ਕੁਐਰੀ ਨੂੰ ਬਣਾਇਆ ਜਾਵੇ। ਲੈਫਟ ਜੁਆਇਨ, ਇਨਰ ਜੁਆਇਨ, ਰਾਈਟ ਜੁਆਇਨ ਅਕੋਰਡਿੰਗ ਕਰਕੇ ਉਹ ਤੁਹਾਨੂੰ ਨੈਕਸਟ ਵੀਡੀਓ ਵਿੱਚ ਦੱਸਾਂਗੇ। ਦੋਸਤੋ ਇਹ ਡੇਟ ਦਾ ਫੋਰਮੈਟ ਜੇ ਸਟਾਰਟ ਡੇਟ ਐਜ ਸਟਾਰਟ ਡੇਟ ਐਂਡ ਡੇਟ। ਹੁਣ ਇੱਥੇ ਦੇਖਿਓ ਅਸੀਂ ਫਾਰਮੂਲਾ ਲਗਾਵਾਂਗੇ ਡੇ ਮਾਈਨਸ ਵਨ ਈਅਰ ਪਲੱਸ ਵਨ। ਯੂਜ਼ਰ ਨੇਮ, ਫਿਰ ਐਜ ਯੂਜ਼ਰ ਆਈ ਡੀ, ਸੋਰੀ ਯੂਜ਼ਰ ਟਾਈਪ, ਡਿਜ਼ਾਇਨ ਵਿਊ 'ਚ ਜਾਵਾਂਗੇ, ਕਿਉਂਕਿ ਇੱਥੇ ਫਾਰਮੂਲਾ ਤੁਹਾਨੂੰ ਸ਼ਾਇਦ ਸਹੀ ਤਰੀਕੇ ਨਾਲ ਨਜ਼ਰ ਨਾ ਆਵੇ। ਇੱਥੇ ਕਹਿ ਰਿਹਾ ਕਿ ਯੂਜ਼ਰ ਨੇਮ ਅੱਗੇ ਐਜ਼ ਨਹੀਂ ਲਿਖਿਆ, ਯੂਜ਼ਰ ਨੇਮ ਐਜ਼ ਬਰੈਕਟ ਯੂਜ਼ਰ ਸਪੇਸ ਨੇਮ। ਰਨ ਕੀਤਾ, ਯੂਜ਼ਰ ਆਈ ਡੀ ਐਂਡ ਡੇਟ ਦਾ ਹੁਣ ਕਰਦੇ ਹਾਂ। ਡਿਜ਼ਾਇਨ ਵਿਊ 'ਚ ਜਾ ਕੇ ਐਂਡ ਡੇਟ ਧਿਆਨ ਨਾਲ ਦੇਖ ਲੈਣਾ, ਡੇਟ ਐਡ ਬ੍ਰੈਕਟ ਡੇ ਕੋਮਾ ਮਾਈਨਸ ਵਨ ਕੋਮਾ ਡੇਟ ਐਡ ਬ੍ਰੈਕਟ ਈਅਰ ਫੋਰਵਰੀ ਬਾਏ ਛੋਟੀ ਸਮਾਲ ਲੈਟਰ ਕੋਮਾ ਵਨ ਬ੍ਰੈਕਟ 'ਚ ਆ ਜਾਏਗਾ ਸਟਾਰਟ ਡੇਟ, ਕਿ ਸਟਾਰਟ ਡੇਟ ਤੋਂ
डे माइनस वन तो ईयर प्लस वन ब्रैकेट SQL दे व्यू दे विच गए इत्थे एज स्टार्ट डेट तो बाद डेट ऐड इत्थे भी असी कर सकते सी पर इत्थे नज़र नहीं सी आना तुहानू इस करके उत्थे दिखाया ये फॉर्मूला डे माइनस वन तो ईयर प्लस वन प्लस लिखन दी लोड़ नहीं तो डे घटाने की लोड़ है उत्थे माइनस वन आएगा इत्थे आ जाएगा व्यू फाइनैंशियल ईयरस तो इसनों असी कोडिंग राही भी सेव कर सकते हैं तुहानू हर चीज़ दसांगा इत्थे सिर्फ स्टार्ट डेट सेव होएगी क्वेरी दे विच एंड डेट दिखाएगा फाइनेंशियल ईयर इनू कीता कॉपी ऑलरेडी लिखा स्टार्ट ओपन कंपनी पासवर्ड इज एक्टिव असी लिया इत्थे पर ये क्लिप कट देता यदी तुहानू बाद चो दसांगे इज एक्टिव हाले यदी लोड़ नहीं पैनी पहला असी फाइनेंशियल ईयर ऐड किवें करते हैं 01 फाइनेंशियल ईयर क्रिएटेड सक्सेसफुली देख लो 1/4/2023 तो 31/3/2024 ईयर प्लस वन डे माइनस वन हमारे इंडिया में ऐसे ही होता है ना फाइनेंशियल ईयर तो यहाँ पे भी एंड डेट हम डालेंगे कोडिंग के थ्रू लेकिन डालेंगे एक ही टेक्स्ट बॉक्स से इनू डिलीट कर देने एग्जेक्टिव नू व्यू नू अनकमेंट व्यू सर्च गो टू सॉरी व्यू सर्च नू सिलेक्ट करके राइट क्लिक गो टू डेफिनेशन आ गया इनू करांगे अनकमेंट व्यू जहाँ सीधा आई डी सिलेक्ट आई डी डिजाइन व्यू यूजर आई डी लैन की लोड़ ही नहीं क्योंकि टेबल रिलेशनशिप च है वो खुद ब खुद शो कर देगा केड़े यूजर ने क्रिएट की है एज एंड डेट ब्रैकेट करांगे अंडरस्कोर हटा दांगे एंड डेट कॉपी
यूजर नेम यूजर नेम, फिर आएगा यूजर टाइप, फ्रॉम व्यू फाइनेंशियल ईयर, ईयर्स, ऑर्डर बाय आईडी, डिसेंडिंग या असेंडिंग, जो भी तुसी लेना चाहो। असेंडिंग तो आएगा जड़ी पहला बनी होएगी वो पहले शो करेगा, डिसेंडिंग अगर करांगे डीएससी तो जड़ी बाद विच बनी है वो पहले दिखा देगा ग्रिड व्यू विच। इतने आ जाएगा वेयर मल्टी सर्च, इतों दोस्तों स्पेस का थोड़ा फर्क पै जाता जिड़े ते ये वीडियो देख रहे है पक्की उन्होंने तो समझ है, जिड़े नए नवे देखते पे है उन्होंने दस दंगा कि फॉर्मूला यो ही है मल्टी सर्च का, ए वाला फॉर्मूला यही है। एक होर है वो तुहानू अगे जाके दसांगा, मल्टी सर्च होर भी तरीके ना हो जाती है। इत्थे थोड़ा स्पेस का फर्क पै जाता तां किसे वेले डेटा ग्रिड व्यू विच शो नहीं करता। कॉलम दी विड्थ ठीक करेंगे, आई डी नूं असीं शो नहीं करना, विड्थ 0, डी जी बी कॉलम 0 विजिबल इज इक्वल टू फॉल्स, कॉपी पेस्ट, दूसरा स्टार्ट डेट यानी कि 0 तो बाद 1, विड्थ 100 कर देंगे तो ए कॉलम नू 2, विड्थ विजिबल दी जगह विड्थ कर देंगे, इसनों 100। उस तो बाद आ जाएगा यूजर नेम नंबर 3, ते नंबर 4 लास्ट वाला ऑटो साइज मोड डॉट फिल, इसनों कट कर देंगे या कमेंट मार्क, क्योंकि ये फॉर्म असी कॉपी किया है कि बार बार फॉर्म बनावांगे तो टाइम काफ़ी वेस्ट होएगा, अगे काफ़ी टाइम वेस्ट हो गया। व्यू सर्च ते शायद शो नहीं करेगा क्योंकि स्पेस तो फर्क पिया होना, सुपर यूजर आ गया, अनमोल यूजर नेम क्योंकि रिलेशनशिप विच टेबल लिया सी असी फाइनेंशियल ईयर ते यूजर आईडी ते यूजर टाइप,
ਅਤੇ ਨਹੀਂ ਸ਼ੋਅ ਕਰ ਰਿਹਾ, ਸਪੇਸ ਦਾ ਫਰਕ ਪੈ ਗਿਆ। ਇੱਥੇ ਕ੍ਰੀਏਟ ਕੀਤੀ ਕੰਪਨੀ ਇੱਕ ਹੋਰ, ਸੋਰੀ ਫਾਈਨੈਂਸ਼ੀਅਲ ਈਅਰ 1-5-4 ਤੋਂ, ਨਹੀਂ ਸ਼ੋ ਕਰ ਰਿਹਾ। 1-5-4 ਓ ਸੋਰੀ 1-5-24 ਤੋਂ 30-4-25 ਤੱਕ, ਯਾਨੀ ਕਿ ਪੂਰਾ 1 ਸਾਲ, ਯਾਨੀ ਕਿ ਡੇ -1 ਕਰ ਰਿਹਾ, ਮੰਥ ਪੂਰਾ ਦਿਖਾ ਰਿਹਾ। ਅਪ੍ਰੈਲ ਦਾ ਜਿਹੜਾ ਮੰਥ ਹੈ ਉਹ 30 ਦਿਨਾਂ ਦਾ ਹੀ ਹੁੰਦਾ, 4th month, ਯਾਨੀ ਕਿ ਸਕਸੈਸਫੁਲੀ ਇਹ ਐਡ ਈਅਰ ਕਰ ਰਿਹਾ। ਆਰਡਰ ਬਾਏ ਆਈਡੀ ਗਲਤ ਲਿਖਿਆ ਗਿਆ। ਕਮੈਂਟ ਮਾਰਕ ਹੁਣ ਸ਼ੋ ਕਰੇਗਾ ਕਿਉਂਕਿ ਫਾਰਮੈਟ ਵਿੱਚ ਸਪੇਸ ਦਾ ਫਰਕ ਪਿਆ। ਟੈਕਸਟ ਬਾਕਸ ਨੂੰ ਅਗਲੀ ਵੀਡੀਓ ਵਿੱਚ ਕਨਵਰਟ ਟੂ ਡੇਟ ਕਰਾਂਗੇ। AM ਸ਼ੋ ਕਰ ਰਿਹਾ, ਕੋਈ ਗੱਲ ਨਹੀਂ। ਇੱਕ 4-25 ਤੋਂ 31-26 ਤੱਕ ਸਕਸੈਸਫੁਲੀ ਕ੍ਰੀਏਟਿਡ। ਇੱਥੇ ਸਪੇਸ ਦਾ ਫਿਰ ਫਰਕ ਪੈ ਗਿਆ, ਸ਼ਾਇਦ ਫਿਰ ਨਾ ਸ਼ੋ ਕਰੇ ਕਿਉਂਕਿ ਕੀਬੋਰਡ ਸਪੇਸ ਬਾਰ ਡਬਲ ਦੱਬੀ ਗਈ। ਅਤੇ ਦੋਸਤੋ ਫਾਰਮੈਟ ਇਹੋ ਹੀ ਆ, ਸਪੇਸ ਦਾ ਫਰਕ ਹੈ। ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲਿਓ, ਅਤੇ ਹਰ ਵੀਡੀਓ ਨੂੰ ਵਾਚ ਕਰਿਓ, ਕੋਈ ਵੀ ਮਿਸ ਨਾ ਕਰਿਓ ਸਟੈਪ, ਕਿਉਂਕਿ ਹਰ ਸਟੈਪ ਕਿਸੇ ਨਾਲ ਰਿਲੇਟਿਡ ਹੈ। ਅਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਪ੍ਰੋਡਕਸ਼ਨ ਫੋਰਮ, ਅਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਓਕੇ ਬਾਏ।